ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੋਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਅੱਜ ਦੀ ਅਪਡੇਟ ਤੁਹਾਡੇ ਲਈ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਯਾਨੀ ਕਿ SSSB ਵੱਲੋਂ ਲੈ ਕੇ ਆਇਆ। SSSB ਵੱਲੋਂ ਦੋਸਤੋ ਇੱਕ ਭਰਤੀ ਆਈ ਸੀ, ਇਸ਼ਤਿਹਾਰ ਨੰਬਰ 5/2016, ਠੀਕ ਹੈ ਜੀ। ਤਾਂ ਇਹ ਡਰਾਈਵਰਾਂ ਦੀ ਭਰਤੀ ਸੀਗੀ, ਕਾਫੀ ਪੁਰਾਣੀ ਭਰਤੀ ਹੈ ਅਤੇ ਲਗਭਗ 8 ਸਾਲ ਪਹਿਲਾਂ ਇਹ ਭਰਤੀ ਆਈ ਆ। ਅਤੇ ਡਰਾਈਵਰਾਂ ਦੀ ਭਰਤੀ ਸੀ, 214 ਪੋਸਟਾਂ ਦੇ 'ਚ ਟੋਟਲ ਸੀਗੀਆਂ। ਅਤੇ ਇਹਦੇ 'ਚ ਦੋਸਤੋ ਕੁਸ਼ਕ ਦਾ ਰਿਜ਼ਲਟ ਆ ਗਿਆ ਸੀ, ਕੁਸ਼ਕ ਦਾ ਰਿਜ਼ਲਟ ਬਾਕੀ ਸੀਗਾ, ਅੱਧ ਵਿਚਕਾਰ ਜੇ ਲਟਕ ਰਹੀ ਸੀ ਇਹ ਭਰਤੀ, ਠੀਕ ਆ। ਇਸ ਸੰਬੰਧ ਦੇ ਵਿੱਚ ਇਹ ਬੋਰਡ ਦਾ ਕਹਿਣਾ ਹੈ ਕਿ ਇਸ ਭਰਤੀ ਸੰਬੰਧੀ ਪ੍ਰੋਸੈਸ ਦੌਰਾਨ ਕੁਝ ਵਿਭਾਗਾਂ ਵੱਲੋਂ ਸੂਚਿਤ ਕੀਤਾ ਗਿਆ ਕਿ ਅਸਾਮੀਆਂ ਭਰਨ ਸੰਬੰਧੀ ਕਾਰਵਾਈ ਨਾ ਕੀਤੀ ਜਾਵੇ, ਠੀਕ ਹੈ ਜੀ। ਤਾਂ ਕੁਝ ਕੁ ਵਿਭਾਗਾਂ ਨੇ ਕਿਹਾ ਕਿ ਭਾਈ ਸਾਨੂੰ ਡਰਾਈਵਰ ਨਹੀਂ ਚਾਹੀਦੇ ਜਿਹੜੇ ਅਸੀਂ ਭਰਤੀ ਕਰਨੇ ਸੀ, ਇਸ ਕਰਕੇ ਸਾਡੀਆਂ ਜਿਹੜੀਆਂ ਅਸਾਮੀਆਂ ਸੰਬੰਧੀ ਅਸੀਂ ਮੰਗ ਪੱਤਰ ਦਿੱਤਾ ਸੀ SSSB ਨੂੰ, ਉਹ ਅਸਾਮੀਆਂ ਨਾ ਭਰੀਆਂ ਜਾਣ, ਠੀਕ ਹੈ ਜੀ, ਕਾਰਵਾਈ ਉਹਦੀ ਨਾ ਕੀਤੀ ਜਾਵੇ। ਅਤੇ ਇਸ ਤੋਂ ਬਾਅਦ ਜੀ ਕੁਝ ਉਮੀਦਵਾਰਾਂ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਇੱਕ ਸਿਵਲ ਰਿਟ ਪਟੀਸ਼ਨ ਪਾਈ ਗਈ ਸੀ, ਰਿਟ ਪਟੀਸ਼ਨ ਨੰਬਰ 11/2062। ਇਹ ਰਿਟ ਪਟੀਸ਼ਨ ਦਾਇਰ ਕਰਕੇ ਭਰਤੀ ਦਾ ਪ੍ਰੋਸੈਸ ਮੁਕੰਮਲ ਕਰਨ ਦੀ ਮੰਗ ਕੀਤੀ ਗਈ ਸੀ, ਠੀਕ ਹੈ। 3 ਸਾਲ ਪਹਿਲਾਂ ਰਿਟ ਪਾਈ ਗਈ ਸੀ। ਤਾਂ ਇਸ ਤੋਂ ਬਾਅਦ ਬੋਰਡ ਵੱਲੋਂ ਜਿਹੜਾ ਫੈਸਲਾ ਲਿਆ ਗਿਆ, ਠੀਕ ਹੈ, ਬੋਰਡ ਵੱਲੋਂ ਮੀਟਿੰਗ ਸੱਦੀ ਗਈ ਆ। ਤਾਂ ਸੰਬੰਧਿਤ ਜਿਹੜੇ ਜਿਹੜੇ ਵਿਭਾਗ ਸੀਗੇ ਜਿਨ੍ਹਾਂ ਨੇ ਡਰਾਈਵਰ ਦੀਆਂ ਪੋਸਟਾਂ ਭਰਵਾਉਣੀਆਂ ਸੀਗੀਆਂ, ਠੀਕ ਹੈ, ਭਰਤੀ ਕਰਨੇ ਸੀਗੇ, ਤਾਂ ਉਹਨਾਂ ਤੋਂ ਅਸਾਮੀਆਂ ਦੀ ਜਿਹੜੀ ਵਰਤਮਾਨ ਸਥਿਤੀ ਆ, ਭਾਵ ਕਿ ਹੁਣ ਉਹ ਅਸਾਮੀਆਂ ਦਾ ਕੀ ਸਟੇਟਸ ਆ ਫਿਲਹਾਲ, ਉਹਦੇ ਸੰਬੰਧੀ ਜਾਣਕਾਰੀ ਮੰਗੀ ਗਈ ਸੀ। ਤਾਂ ਇਸ ਸੰਬੰਧ ਦੇ ਵਿੱਚ ਟੋਟਲ 6 ਵਿਭਾਗਾਂ ਨੇ ਜਾਣਕਾਰੀ ਦਿੱਤੀ ਹੈ ਜੀ SSSB ਬੋਰਡ ਨੂੰ, ਅਤੇ ਆਬਕਾਰੀ ਅਤੇ ਕਰ ਵਿਭਾਗ ਨੂੰ ਛੱਡ ਕੇ, ਐਕਸਾਈਜ਼ ਵਿਭਾਗ ਜਿਹੜਾ ਹੈਗਾ, ਐਕਸਾਈਜ਼ ਅਤੇ ਟੈਕਸੇਸ਼ਨ, ਉਹਨੂੰ ਛੱਡ ਕੇ ਬਾਕੀ ਹੋਰ 6 ਵਿਭਾਗਾਂ ਨੇ ਜਾਣਕਾਰੀ ਦਿੱਤੀ ਹੈ। ਅਤੇ ਉਹ ਜਾਣਕਾਰੀ ਮੈਂ ਤੁਹਾਨੂੰ ਦੱਸ ਦਿੰਦਾ। ਇਹਦੇ 'ਚ ਜਿਹੜੀਆਂ ਪੋਸਟਾਂ ਸੀਗੀਆਂ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਵਿੱਚ ਟੋਟਲ 10 ਪੋਸਟਾਂ ਸੀ ਡਰਾਈਵਰ ਦੀਆਂ, ਇਸੇ ਭਰਤੀ ਦੇ ਅੰਡਰ, 2016 ਵਾਲੇ ਦੇ ਅੰਡਰ। ਤਾਂ ਇਹਦੇ ਵਿੱਚ ਇਹਨਾਂ ਨੇ ਦੱਸਿਆ ਗਾ ਕਿ ਇਸ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ SSSB ਨੂੰ, ਉਹਦੇ 'ਚ ਦੱਸਿਆ ਗਿਆ ਕਿ ਡਰਾਈਵਰ ਦੀਆਂ ਪ੍ਰਵਾਨਿਤ ਅਸਾਮੀਆਂ ਨੂੰ ਰੂਲਾਂ ਵਿੱਚ ਉਪਬੰਧ ਅਨੁਸਾਰ ਆਊਟਸੋਰਸ ਰਾਹੀਂ ਹੀ ਭਰਿਆ ਜਾਣਾ, ਠੀਕ ਹੈ ਜੀ। ਤਾਂ ਇਸ ਵਿਭਾਗ ਨੇ ਸਾਫ਼ ਕਹਿਤਾ ਕਿ ਭਾਈ ਅਸੀਂ ਤਾਂ ਜਿਹੜੀਆਂ ਡਰਾਈਵਰ ਦੀਆਂ ਪੋਸਟਾਂ ਉਹ ਆਊਟਸੋਰਸ ਦੇ ਥਰੂ ਭਰਾਂਗੇ, ਥਰਡ ਪਾਰਟੀ ਦੇ ਥਰੂ ਭਰਾਂਗੇ, ਸਰਕਾਰੀ ਤੌਰ 'ਤੇ ਨਹੀਂ ਭਰਦੇ। ਉਸ ਤੋਂ ਬਾਅਦ ਜੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਇਹਦੇ 'ਚ ਟੋਟਲ 37 ਪੋਸਟਾਂ ਸੀ ਡਰਾਈਵਰ ਦੀਆਂ। ਤਾਂ ਇਹਨਾਂ ਨੇ ਕਿਹਾ ਜੀ, ਇਹ ਪੱਤਰ ਨੰਬਰ ਜਾਰੀ ਕੀਤਾ 15/7/24 ਨੂੰ, ਇਹਨਾਂ ਨੇ ਕਿਹਾ ਕਿ ਰਾਹੀਂ ਸੂਚਿਤ ਕੀਤਾ ਗਿਆ ਕਿ ਮੌਜੂਦਾ ਸਮੇਂ ਵਿਭਾਗ ਵਿੱਚ ਡਰਾਈਵਰਾਂ ਦੀ ਕੋਈ ਵੀ ਅਸਾਮੀ ਉਪਲਬਧ ਨਹੀਂ ਹੈ, ਠੀਕ ਹੈ ਜੀ। ਤਾਂ ਮੌਜੂਦਾ ਸਮੇਂ ਕਹਿੰਦੇ ਭਾਈ ਸਾਡੇ ਕੋਈ ਅਸਾਮੀ ਜਿਹੜੀ ਉਪਲਬਧ ਨਹੀਂ ਹੈਗੀ। ਉਸ ਤੋਂ ਬਾਅਦ ਯੋਜਨਾਬੰਦੀ ਵਿਭਾਗ, ਪੰਜਾਬ ਰਾਜ ਯੋਜਨਾ ਬੋਰਡ, ਇਹਦੇ 'ਚ ਇੱਕ ਅਸਾਮੀ ਸੀਗੀ। ਤਾਂ ਇਹਨਾਂ ਵੱਲੋਂ ਕਿਹਾ ਗਿਆ ਕਿ ਸੂਚਿਤ ਕੀਤਾ ਗਿਆ ਕਿ ਮੰਗ ਪੱਤਰ ਰੱਦ ਸਮਝਿਆ ਜਾਵੇ, ਠੀਕ ਹੈ ਜੀ। ਤਾਂ ਜੋ ਵੀ ਇਹਨਾਂ ਨੇ SSSB ਨੂੰ ਮੰਗ ਪੱਤਰ ਦਿੱਤਾ ਸੀ ਕਿ ਇੱਕ ਅਸਾਮੀ ਭਰਨ ਲਈ, ਉਹ ਕਹਿੰਦੇ ਜੀ ਰੱਦ ਕਰ ਦਿਓ ਉਹਨੂੰ। ਅਤੇ ਦੈਨ ਡਾਇਰੈਕਟਰ ਸੂਚਨਾ ਲੋਕ ਸੰਪਰਕ ਵਿਭਾਗ, ਇਹਦੇ 'ਚ ਟੋਟਲ 15 ਪੋਸਟਾਂ ਸੀਗੀਆਂ ਜੀ। ਤਾਂ ਇਹਨਾਂ ਵੱਲੋਂ ਸੂਚਿਤ ਕੀਤਾ ਗਿਆ ਕਿ ਰੀਸਟਰਕਚਰਿੰਗ ਅਧੀਨ ਇਹਨਾਂ ਅਸਾਮੀਆਂ ਨੂੰ ਸਰੈਂਡਰ ਕੀਤਾ ਜਾ ਚੁੱਕਾ ਹੈ, ਇਸ ਲਈ ਮੰਗ ਪੱਤਰ ਰੱਦ ਸਮਝਿਆ ਜਾਵੇ। ਤਾਂ ਇਹ ਪੋਸਟਾਂ ਵੀ ਜਿਹੜੀਆਂ ਰੱਦ ਹੋ ਗਈਆਂ ਨੇ। ਡਾਇਰੈਕਟਰ ਸੂਚਨਾ ਲੋਕ ਸੰਪਰਕ ਵਿਭਾਗ ਦੀਆਂ 15 ਪੋਸਟਾਂ ਸੀਗੀਆਂ। ਅਤੇ ਉਸ ਤੋਂ ਬਾਅਦ ਜੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਵਿੱਚ ਟਰੈਕਟਰ ਡਰਾਈਵਰ ਦੀਆਂ ਸੀ 10 ਪੋਸਟਾਂ, ਟਰੈਕਟਰ ਡਰਾਈਵਰ ਦੀਆਂ 10 ਪੋਸਟਾਂ ਸੀ। ਤਾਂ ਇਹਨਾਂ ਨੇ ਵੀ ਇੱਕ ਪੱਤਰ ਜਾਰੀ ਕੀਤਾ 18/6/21 ਰਾਹੀਂ ਸੂਚਿਤ ਕੀਤਾ ਗਿਆ ਕਿ ਡਰਾਈਵਰਾਂ ਦੀਆਂ ਪ੍ਰਵਾਨਿਤ ਅਸਾਮੀਆਂ ਨੂੰ ਰੂਲਾਂ ਵਿੱਚ ਉਪਬੰਧ ਅਨੁਸਾਰ ਆਊਟਸੋਰਸ ਰਾਹੀਂ ਭਰਿਆ ਜਾਣਾ, ਠੀਕ ਹੈ ਜੀ, ਇਹ ਵੀ ਆਊਟਸੋਰਸ ਰਾਹੀਂ ਭਰਨਗੇ। ਅਤੇ ਇੱਕ ਲਾਸਟ ਵਿਭਾਗ ਜਿਹੜਾ ਹੈਗਾ ਜੀ, ਉਹਦੇ 'ਚ
ਡਰਾਈਵਰ ਕਮ ਹੈਲਪਰ ਦੀ ਜਿਹੜੀ ਪੋਸਟ ਸੀਗੀ ਨਗਰ ਤੇ ਗ੍ਰਾਮ ਯੋਜਨਾਬੰਦੀ ਵਿਭਾਗ 'ਚ 16 ਪੋਸਟਾਂ ਸੀ ਟੋਟਲ। ਤਾਂ ਇਹਨਾਂ ਨੇ ਕਿਹਾ ਜੀ ਕਿ ਰਾਹੀਂ ਸੂਚਿਤ ਕੀਤਾ ਗਿਆ ਕਿ ਵਿਭਾਗ ਵਿੱਚ ਸਰਕਾਰੀ ਗੱਡੀਆਂ ਦੀ ਉਪਲਬਧਤਾ ਨਾ ਹੋਣ ਕਾਰਨ ਡਰਾਈਵਰ ਲੋੜੀਂਦੇ ਨਹੀਂ ਹਨ। ਠੀਕ ਹੈ ਜੀ, ਤਾਂ ਇਹਨਾਂ ਵੱਲੋਂ ਵੀ ਜਿਹੜਾ ਡਰਾਈਵਰ ਦੀ ਪੋਸਟਾਂ ਨਹੀਂ ਭਰੀਆਂ ਜਾਣੀਆਂ। ਤਾਂ ਕੀ ਸਟੇਟਸ ਹੈ ਇਹਨਾਂ ਅਸਾਮੀਆਂ ਦਾ, ਉਹ ਇੱਥੇ SSSB ਬੋਰਡ ਵੱਲੋਂ ਸਾਫ਼ ਕਰ ਦਿੱਤਾ ਗਿਆ, ਦੱਸ ਦਿੱਤਾ ਗਿਆ। ਠੀਕ ਹੈ, ਇਸ ਕਰਕੇ ਜਿਹੜੇ ਜਿਹੜੇ ਉਮੀਦਵਾਰ ਇਹਨਾਂ ਅਸਾਮੀਆਂ 'ਤੇ ਉਮੀਦ ਲਾ ਕੇ ਬੈਠੇ ਸੀ ਤਾਂ ਉਹ ਸਮਝ ਲੈਣ ਕਿ ਜਿਵੇਂ ਹੁਣ ਕੁਛ ਕੁ ਤਾਂ ਇਹਨਾਂ ਨੇ ਸਿੱਧਾ ਹੀ ਕਿਹਾ ਤਾ ਕਿ ਰੱਦ ਸਮਝਿਆ ਜਾਵੇ, ਤਾਂ ਇਹ ਤਾਂ ਭਰੀਆਂ ਹੀ ਨਹੀਂ ਜਾਣੀਆਂ, ਸਾਫ਼ ਜੀ ਗੱਲ ਹੈਗੀ ਆ। ਠੀਕ ਹੈ, ਹੁਣ ਇਹਨੂੰ ਪੱਕੇ ਤੌਰ 'ਤੇ ਕਿਵੇਂ SSSB ਬੋਰਡ ਇਹਨਾਂ ਨੂੰ ਸਾਰੀਆਂ ਪੋਸਟਾਂ ਨੂੰ ਰੱਦ ਕਰਦਾ ਜਾਂ ਇਹਨੂੰ ਪਾਰਸ਼ਲੀ ਰੱਦ ਕਰਦਾ, ਕਿੰਨੀਆਂ ਰੱਦ ਕਰਦਾ, ਉਹਦੇ ਸੰਬੰਧੀ ਬੋਰਡ ਵੱਲੋਂ ਜਦੋਂ ਵੀ ਅਪਡੇਟ ਆਵੇਗੀ ਫਰਦਰ ਉਹ ਤੁਹਾਡੇ ਤੱਕ ਜ਼ਰੂਰ ਸਾਂਝੀ ਕਰਾਂਗੇ। ਫਿਲਹਾਲ ਦੀ ਜਿਹੜੀ ਅਪਡੇਟ ਸੀਗੀ ਤੁਹਾਡੇ ਨਾਲ ਸਾਂਝੀ ਕੀਤੀ ਆ, ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਸਾਥੀਆਂ ਤੱਕ ਜਿਹੜੇ 2016 ਡਰਾਈਵਰ ਦੀ ਭਰਤੀ ਵੀ ਦੇ ਸੰਬੰਧੀ ਜਿਹੜਾ ਵੇਟ ਕਰ ਰਹੇ ਆ, ਉਡੀਕ ਕਰ ਰਹੇ ਆ, ਉਹਨਾਂ ਤੱਕ ਇਹ ਵੀਡੀਓ ਜ਼ਰੂਰ ਸਾਂਝੀ ਕਰ ਦਿਓ। ਅਤੇ ਬਾਕੀ ਅਪਡੇਟਸ ਤੁਹਾਡਾ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।